कथा बखानो जी, अब मैं अपनी कथा बखानो जी, अब मैं अपनी अब मैं अपनी कथा बखानो, तप साधत जह बिद मोहे आनो। हेमकुंट पर्वत है जहां, सप्त श्रृंग सोबत है तहां। कथा बखानो जी, अब मैं अपनी कथा बखानो जी, अब मैं अपनी कथा बखानो जी, अब मैं अपनी सप्त श्रृंग तह नाम कहावा, पांडिराज जह जोग कमावा। तह मयदक तपस्या सादी, महाकाल काल काया राती। कथा बखानो जी, अब मैं अपनी 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 इबिद करत तपस्या पैयो, द्वायते एक रूप होए गयो। तात मात मोरिया लिखिया रादा, बहुविद जोग साधना सादा। कथा बखानो जी, अब मैं अपनी 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 तिन जो करी अलख की सेवा, ताते पै पर सन गुरदेवा। तिन प्रभ जब आइस मोह दिया, तब हम जन्म कलू में लिया। कथा बखानो जी, अब मैं अपनी कथा बखानो जी, अब मैं अपनी
कथा बखानो जी, अब मैं अपनी कथा बखानो जी, अब मैं अपनी। जितना भयो हमरो आवन के, चुभी रही सुरत प्रभ चरणन में। ज्यों त्यों प्रभ हमको समझायो, इम कह के ए लोग बठायो। कथा बखानो जी, अब मैं अपनी। 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 अब मैं अपनी कथा बखानो, तप साधत जह बिद मोहे आनो। हेमकुंट पर्वत है जहां, सप्त श्रृंग सोमत है तहां। कथा बखानो जी, अब मैं अपनी। 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 अब मैं अपनी कथा बखानो, जेड़ियां संगतां श्री हेमकुंट साहब जी दे दर्शन करन जांदियां ने, उस राह ते तुरियां गुरु गोविंद सिंह महाराज जी दे प्यार दियां झलकां पैंदियां ने। क्योंकि निरंकार कण कण दे विच वसदा है, फिर ओह स्थान जिथे बह के गुरु गोविंद सिंह महाराज जी ने घोर तपस्या की, वो रस्ते जिथों संगतां एक एक कदम ते एक एक साह दे नाल बाणी पढ़दियां जांदियां ने, जिन्हां पहाड़ियां दे विचों गुरु गोविंद सिंह महाराज जी दे जयकारियां दियां गूंजां उठदियां ने। उस राह ते तुरियां गुरु गोविंद सिंह महाराज जी दे दर्शनां दी झलक पैणी, सतगुरां दे प्यार दी झलक पैणी, कोई अत कथनी नहीं है। सतसंगियो, डॉक्टर तारा सिंह जी नरोत्तम जदों उन्हां ने विचित्र नाटक दे विच्चों गुरु गोविंद सिंह महाराज जी दे आ बचन पढ़े, अब मैं अपनी कथा बखानू, तप साधत जह बिद गुहयानू, हेम कुंट पर्वत है जहां। ऐ महाराज, वो केड़ा स्थान होवेगा जिथे बैठ के तुसा पूर्वले जन्म विच घोर तपस्या कीती, ते डॉक्टर तारा सिंह जी नरोत्तम बहुत खोज तो बाद उन्होंने ये स्थान लभ्या, जिन्हां दे दर्शन करके अज असी सारे अपना जीवन सफला करदे हां। उन्हां दियां लिखियां हुईयां पुस्तकां विचों दास
ਅੱਜ ਆਪ ਸੰਗਤਾਂ ਨੂੰ ਸ੍ਰੀ ਹੇਮਕੁੰਡ ਸਾਹਿਬ ਦੀ ਮਹਿਮਾ ਸੁਣਾ ਰਿਹਾ ਹੈ। 1952 ਦੇ ਵਿੱਚ ਇੱਕ ਮਾਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਈ ਹੈ। ਉਦੋਂ ਰਸਤਾ ਵੀ ਕੋਈ ਇੰਨਾ ਚੰਗਾ ਨਹੀਂ ਸੀ ਹੁੰਦਾ, ਟੋਏ ਟਿੱਬੇ, ਬਿਖੜਾ ਪੈਂਡਾ, ਜੰਗਲਾਂ ਤੇ ਪਹਾੜਾਂ ਦਾ ਰਸਤਾ ਪਾਰ ਕਰਦੀ ਹੋਈ ਇਹ ਮਾਤਾ ਬੱਚਿਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਤਪ ਅਸਥਾਨ ਦੇ ਨਜ਼ਦੀਕ ਪਹੁੰਚ ਗਈ ਹੈ। ਇੱਕ ਮੀਲ ਦਾ ਪੈਂਡਾ ਬਾਕੀ ਹੈ। ਮਾਤਾ ਆਖਣ ਲੱਗੀ, ਬੱਚਿਓ ਮੈਂ ਬਹੁਤ ਥੱਕ ਗਈ ਹਾਂ, ਮੈਂ ਹੁਣ ਹੋਰ ਟੁਰ ਨਹੀਂ ਸਕਦੀ। ਆਖਣ ਲੱਗੇ, ਮਾਂ ਤੂੰ ਸਾਡੇ ਮੋਢਿਆਂ ਤੇ ਹੱਥ ਰੱਖ, ਅਸੀਂ ਤੈਨੂੰ ਲੈ ਜਾਵਾਂਗੇ। ਮਮਤਾ ਦੀਆਂ ਨਜ਼ਰਾਂ ਨਾਲ ਮਾਂ ਬੱਚਿਆਂ ਵੱਲ ਤੱਕਦੀ, ਪੁੱਤਰ ਤੁਹਾਡੇ ਚਿਹਰਿਆਂ ਤੋਂ ਵੀ ਲੱਗਦਾ ਏ ਤੁਸੀਂ ਵੀ ਥੱਕ ਗਏ ਹੋ, ਮੇਰਾ ਭਾਰ ਕਿੱਥੇ ਖਿੱਚੋਗੇ। ਇਹ ਲਓ ਪ੍ਰਸ਼ਾਦ, ਸਤਿਗੁਰਾਂ ਦੇ ਅਸਥਾਨ ਤੇ ਜਾ ਕੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਨਮਸਕਾਰ ਕਰਨੀ। ਮਹਾਰਾਜ ਦਿਲਾਂ ਦੀਆਂ ਜਾਣਨ ਵਾਲਾ ਹੁੰਦਾ ਏ, ਕਹਿ ਦੇਣਾ ਸਾਡੀ ਅੰਮਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ ਪਰ ਉਹਦੇ ਭਾਗਾਂ ਵਿੱਚ ਨਹੀਂ। ਇਹਨੀ ਗੱਲ ਆਖ ਕੇ ਅੱਖਾਂ ਭਰ ਲੈਂਦੀ ਹੈ। ਕਹਿ ਦੇਣਾ ਮਹਾਰਾਜ ਨੂੰ ਸਾਡੀ ਅੰਮਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ ਉਹਦੇ ਭਾਗਾਂ ਵਿੱਚ ਨਹੀਂ। ਮੈਂ ਤੁਹਾਡੀ ਇੱਥੇ ਉਡੀਕ ਕਰਾਂਗੀ। ਦੋਨੋਂ ਪੁੱਤਰ ਪ੍ਰਸ਼ਾਦ ਲੈ ਕੇ ਸ੍ਰੀ ਹੇਮਕੁੰਡ ਸਾਹਿਬ ਦੀ ਉੱਚੀ ਪਹਾੜੀ ਵੱਲ ਨੂੰ ਟੁਰ ਪੈਂਦੇ ਨੇ। ਮਾਤਾ ਪਹਿਲਾਂ ਜੁਪਜੀ ਸਾਹਿਬ ਦਾ ਪਾਠ ਕੀਤਾ, ਫਿਰ ਪਿਆਰ ਦੇ ਵਿੱਚ ਭਿੱਜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅੰਦਰੋਂ ਇੱਕ ਪਿਆਰ ਦਾ ਉਬਾਲ ਜਿਹਾ ਉੱਠਿਆ ਏ ਤੇ ਇਹ ਕਲਗੀਆਂ ਵਾਲਿਆ, ਮੈਂ ਤੇਰੇ ਅਸਥਾਨ ਦੇ ਦਰਸ਼ਨ ਕਰਨ ਤੋਂ ਵਾਂਝੀ ਮਰ ਜਾਵਾਂਗੀ। ਜੇ ਐਡੀ ਦੂਰ ਐਡਾ ਬਿਖੜਾ ਪੈਂਡਾ ਲੈ ਆਇਆ ਏ ਤੇ ਕਰ ਕਿਰਪਾ, ਤੇਰੇ ਅਸਥਾਨ ਦੇ ਦਰਸ਼ਨ ਹੋ ਜਾ। ਪਿਆਰ ਵਿੱਚ ਭਿੱਜ ਕੇ ਤਰਲਾ ਕਰਦੀ ਹੈ, ਕੀ ਸੁਣਦੀ ਹੈ? ਆਓ ਪਹਾੜੀਆਂ ਦੇ ਵਿੱਚੋਂ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਆਵਾਜ਼ ਆ ਰਹੀ ਹੈ। ਇੰਜ ਲੱਗਦਾ ਹੈ ਜਿਵੇਂ ਕੋਈ ਹੋਰ ਯਾਤਰੂ ਆ ਰਹੇ ਹੋਣ। ਮਾਤਾ ਸੋਚਦੀ ਹੈ ਇੰਜ ਲੱਗਦਾ ਹੈ, ਪਰ ਨਹੀਂ ਬਈ, ਇਹ ਤੇ ਗੁਰੂ ਤੁੱਠੇ ਦੀ ਨਿਸ਼ਾਨੀ ਹੈ। ਕੀ ਤੱਕਦੀ? ਇੱਕ ਘੋੜ ਸਵਾਰ ਘੋੜੇ ਤੋਂ ਉਤਰ ਕੇ ਖਲੋਤਾ ਹੈ। ਮਾਂ ਤੂੰ ਥੱਕ ਗਈ? ਤੇਰੇ ਚਿਹਰੇ ਤੋਂ ਲੱਗਦਾ ਏ ਸਰੀਰ ਤੇਰਾ ਥੱਕ ਗਿਆ ਏ, ਭਾਵਨਾ ਨਹੀਂ ਥੱਕੀ। ਬੈਠ ਘੋੜੇ ਤੇ, ਮੈਂ ਤੈਨੂੰ ਲੈ ਜਾਂਦਾ ਹਾਂ। ਬਾਬਾ ਈਸਰ ਸਿੰਘ ਦੀ ਵਚਨ ਕਰਦੇ ਸਨ ਕਈ ਵਾਰ, ਗੁਰੂ ਸਿੱਖਾਂ ਦੀ ਰਸਨਾ ਤੋਂ ਬੋਲਦਾ ਹੈ ਤੇ ਸਾਡੀਆਂ ਅੱਖਾਂ ਪਹਿਚਾਣਦੀਆਂ ਨਹੀਂ। ਉਹ ਪਵਿੱਤਰ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਜਦੋਂ ਜਾ ਕੇ ਮਾਤਾ ਨੇ ਨਮਸਕਾਰ ਕੀਤੀ ਤੇ ਪੁੱਤਰ ਵੀ ਇੱਥੇ ਬੈਠੇ ਨੇ, ਦੇਖ ਕੇ ਹੈਰਾਨ ਹੋਏ, ਮਾਂ ਤੂੰ ਕਿਵੇਂ ਆ ਗਈ ਹੈ, ਕਿਵੇਂ ਪਹੁੰਚ ਗਈ? ਆਖਣ ਲੱਗੀ, ਪੁੱਤਰ ਇਹ ਤੇ ਮੈਨੂੰ ਵੀ ਨਹੀਂ ਪਤਾ ਮੈਂ ਕਿਵੇਂ ਪਹੁੰਚ ਗਈ। ਸੋ ਸਤਸੰਗੀਓ, ਇਹ ਸ਼ਰਧਾ ਤੇ ਭਾਵਨਾ ਦੀਆਂ ਗੱਲਾਂ ਨੇ। ਜੇ ਸਾਡੇ ਮਨ ਵਿੱਚ ਪਿਆਰ ਹੈ,
ਸਾਡੇ ਮਨ ਦੇ ਵਿੱਚ ਸ਼ਰਧਾ ਹੈ ਤੇ ਗੁਰੂ ਆਪ ਟੁੱਟ ਪੈਂਦਾ ਏ, ਗੁਰੂ ਆਪ ਦਿਆਲ ਹੋ ਜਾਂਦਾ ਏ। ਚਰਨੀ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ ਸੁਹਾਵਾ। ਚਰਨੇ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ। ਆਨ ਮਾਰੇਗ ਜੇ ਤਾਂ ਕਿਛ ਤਾਈਏ, ਆਨ ਮਾਰੇਗ ਜੇ ਤਾਂ ਕਿਛ ਤਾਈਏ, ਤੇ ਤੋ ਹੀ ਦੁੱਖ ਹਵਾ, ਗੋਬਿੰਦ ਮਾਰੇਗ ਸੁਹਾਵਾ। ਚਰਨੀ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ। ਚਰਨੀ ਗੋਬਿੰਦ ਮਾਰੇਗ ਸੁਹਾਵਾ। ਨੇਤਰ ਪੁਨੀਤ ਪੈ ਦਰਸ ਪੇਖੇ, ਨੇਤਰ ਪੁਨੀਤ ਪੈ ਦਰਸ ਪੇਖੇ, ਹਸਤ ਪੁਨੀਤ ਟਹਿਲਾਵਾ, ਗੋਬਿੰਦ ਮਾਰੇਗ ਸੁਹਾਵਾ। ਚਰਨੇ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ ਸੁਹਾਵਾ। ਚਰਨੀ ਗੋਬਿੰਦ ਮਾਰੇਗ ਸੁਹਾਵਾ,
सुहावा। तन 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 गुरु गोबिंद सिंह जी, तन 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 गुरु गोबिंद सिंह जी, तन 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 गुरु गोबिंद सिंह जी, तन 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 गुरु गोबिंद सिंह जी। कलगिया वाले बाजा वाले, तन 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 गुरु गोबिंद सिंह जी, तन 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 गुरु गोबिंद सिंह जी, तन 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 गुरु गोबिंद सिंह जी। ਰਿਦਾ ਪੁਨੀਤ ਰਿਦੇ ਹਾਰ ਵਸਿਓ, ਰਿਦਾ ਪੁਨੀਤ ਰਿਦੇ ਹਾਰ ਵਸਿਓ, ਮਸਤ ਪੁਨੀਤ ਸੰਤ ਦੁਰਾਵਾ, ਗੋਬਿੰਦ ਮਾਰਗ ਸੁਹਾਵਾ, ਚਰਨੀ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਚਰਨੀ ਗੋਬਿੰਦ ਮਾਰਗ ਸੁਹਾਵਾ। ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਬਾਜਾਂ ਵਾਲੇ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਸਰਬ ਨਿਦਾਨ ਨਾਮ ਹਰ ਹਰ ਕੇ, ਸਰਬ ਨਿਦਾਨ ਨਾਮ ਹਰ ਹਰ ਕੇ, ਜਿਸ ਕਰਮ ਲਿਖਿਆ ਤਿਨ ਪਾਵਾ, ਗੋਬਿੰਦ ਮਾਰਗ ਸੁਹਾਵਾ, ਚਰਨੇ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ ਸੁਹਾਵਾ, ਚਰਨੀ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ। ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਬਾਜਾਂ ਵਾਲੇ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ ਗੋਬਿੰਦ ਸਿੰਘ ਜੀ। ਜਨ ਨਾਨਕ ਕੋ ਗੁਰ ਪੂਰਾ ਭੇਟਿਓ, ਜਨ ਨਾਨਕ ਕੋ ਗੁਰ ਪੂਰਾ ਭੇਟਿਓ, ਸੁਖ ਸਹਿਜੇ ਆਨੰਦ ਬਿਹਾਵਾ, ਗੋਬਿੰਦ ਮਾਰਗ ਸੁਹਾਵਾ, ਚਰਨੀ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ ਸੁਹਾਵਾ, ਚਰਨੀ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰਗ
ਸੁਹਾਵਾ ਧੰਨ 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 ਗੁਰੂ ਗੋਬਿੰਦ ਸਿੰਘ ਜੀ 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 ਚੱਲ ਗਿਆ ਵਾਲੇ ਬਾਜਾ ਵਾਲੇ ਧੰਨ 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 ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋਬਿੰਦ ਸਿੰਘ ਜੀ ਧੰਨ 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 ਗੁਰੂ ਗੋਬਿੰਦ ਸਿੰਘ ਜੀ ਚਰਨੀ ਗੋਬਿੰਦ ਮਾਰਗ ਸੁਹਾਵਾ ਉਹ ਚਰਨ ਪੂਜਨੀਕ ਨੇ ਜਿਹੜੇ ਗੁਰੂ ਘਰ ਵੱਲ ਨੂੰ ਤੁਰਦੇ ਨੇ ਉਹ ਚਰਨ ਅਜਵੇਂ ਗੁਰੂ ਮਹਾਰਾਜ ਜੀ ਪਵਿੱਤਰ ਉਪਦੇਸ਼ ਵਿੱਚ ਕਹਿੰਦੇ ਨੇ ਚਰਨ ਚਲੋ ਮਾਰਗ ਗੋਬਿੰਦ ਮਿੱਟੇ ਪਾਪ ਜਪੀਏ ਹਰਬਿੰਦ ਤੁਰਦਾ ਤੇ ਜੀਵ ਬਹੁਤ ਹੈ ਕਈ ਵਾਰ ਸਿਹਤ ਦੀ ਤੰਦਰੁਸਤੀ ਵਾਸਤੇ ਵੀ ਤੁਰਦਾ ਹੈ ਪਰ ਜ਼ਰੂਰੀ ਨਹੀਂ ਕਿ ਤੰਦਰੁਸਤੀ ਮਿਲ ਜਾਵੇਗੀ ਪਰ ਜਦੋਂ ਸੱਚੇ ਮਾਰਗ ਤੇ ਤੁਰਦਾ ਹੈ ਨਾ ਜਦੋਂ ਕੋਈ ਗੁਰੂ ਘਰ ਵੱਲ ਨੂੰ ਤੁਰਦਾ ਹੈ ਅਜਿਵੇਂ ਸੰਗਤਾਂ ਕਿੰਨੇ ਪਿਆਰ ਤੇ ਵਜਦ ਵਿੱਚ ਸ੍ਰੀ ਹੇਮਕੁੰਡ ਸਾਹਿਬ ਵੱਲ ਨੂੰ ਤੁਰੀਆਂ ਜਾ ਰਹੀਆਂ ਨੇ ਸਤਸੰਗੀਓ ਇਹ ਤੁਰਿਆ ਹੋਇਆ ਇੱਕ ਇੱਕ ਕਦਮ ਸੁੱਖਾਂ ਵੱਲ ਨੂੰ ਵੱਧ ਰਿਹਾ ਹੈ ਤੁਰਦੀਆਂ ਤੁਰਦੀਆਂ ਸੰਗਤਾਂ 15,000 ਫੁੱਟ ਉੱਪਰ ਸ੍ਰੀ ਹੇਮਕੁੰਡ ਸਾਹਿਬ ਜਿੱਥੇ ਕਲਗੀਧਰ ਮਹਾਰਾਜ ਜੀ ਨੇ ਬਹਿ ਕੇ ਘੋਰ ਤਪੱਸਿਆ ਕੀਤੀ ਜਦੋਂ ਉੱਥੇ ਪਹੁੰਚਦੀਆਂ ਨੇ ਨਾ ਦਸਰਿਆਂ ਨੂੰ ਸਮਾਂ ਮਿਲਿਆ ਹੈ ਕਈ ਵਾਰ ਸੰਗਤਾਂ ਲਿਜਾਣ ਦਾ ਅੱਖੀਂ ਤੱਕਿਆ ਹੈ ਸੰਗਤਾਂ ਉਸ ਅਸਥਾਨ ਵੱਲ ਦੇਖ ਕੇ ਇਵੇਂ ਬੈਰਾਗ ਵਿੱਚ ਆ ਜਾਂਦੀਆਂ ਨੇ ਜਿਵੇਂ ਚਿਰਾਂ ਦਾ ਵਿਛੜਿਆ ਬੱਚਾ ਆਪਣੇ ਮਾਤਾ ਪਿਤਾ ਨੂੰ ਮਿਲਦਾ ਹੈ ਚਰਨੇ ਗੋਬਿੰਦ ਮਾਰਗ ਸੁਹਾਵਾ ਇੱਕ ਗੁਰੂ ਨਾਲ ਪਿਆਰ ਕਰਨ ਵਾਲਾ ਸਤਿਗੁਰਾਂ ਦੇ ਪਵਿੱਤਰ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਕੇ ਵਾਪਸ ਆਇਆ ਹੈ ਇਹ ਕੈਂਸਰ ਦਾ ਮਰੀਜ਼ ਹੈ ਆਪਣੇ ਦੁੱਖ ਤੇ ਫਰਿਆਦ ਲੈ ਕੇ ਗਿਆ ਸੀ ਕਿਉਂਕਿ ਜਦੋਂ ਅਸੀਂ ਦੁੱਖਾਂ ਵਿੱਚ ਫਸਦੇ ਹਾਂ ਨਾ ਉਦੋਂ ਸਾਨੂੰ ਰੱਬ ਚੇਤੇ ਆ ਜਾਂਦਾ ਹੈ ਸੁੱਖਾਂ ਵਿੱਚ ਤੇ ਅਸੀਂ ਰੱਬ ਭੁਲਾ ਹੀ ਦਿੰਦੇ ਹਾਂ ਬਾਣੀ ਵਿੱਚ ਇੱਥੋਂ ਤੱਕ ਕਿਹਾ ਹੈ ਦੁੱਖ ਕਈ ਵਾਰ ਜੀਵ ਨੂੰ ਰੱਬ ਦੇ ਇੰਨੇ ਨੇੜੇ ਲੈ ਜਾਂਦਾ ਹੈ ਕਿ ਪਿਆਰ ਦੀ ਪੱਕੀ ਗੰਢ ਵੱਜ ਜਾਂਦੀ ਹੈ ਦੁੱਖ ਦਾਰੂ ਦੁੱਖ ਕਈ ਵਾਰ ਦਵਾ ਹੀ ਬਣ ਜਾਂਦਾ ਹੈ ਗਿਆ ਤੇ ਦੁੱਖਾਂ ਦੀ ਖਾਤਰ ਅਰਦਾਸ ਕਰਨ ਪਰ ਉੱਥੋਂ ਇਹੋ ਜਿਹੀ ਰਹਿਮਤ ਮਿਲੀ ਉਹ ਪਿਆਰ ਭੁਲਾਇਆ ਨਹੀਂ ਜਾਂਦਾ ਗੁਰੂ ਨਾਲ ਨਿਉ ਪੈ ਗਿਆ ਡਾਕਟਰ ਦੇ ਕੋਲ ਜਾਂਦਾ ਹੈ ਜਾਂਚ ਕਰਾਉਂਦਾ ਹੈ ਡਾਕਟਰ ਕਹਿੰਦਾ ਹੈ ਵੀ ਤੂੰ ਤੇ ਕੈਂਸਰ ਦਾ ਮਰੀਜ਼ ਹੈ ਤੈਨੂੰ ਦੱਸਿਆ ਹੈ ਤੈਨੂੰ ਕਿਹਾ ਸੀ ਸਰੀਰ ਨੂੰ ਬਹੁਤੀ ਖੇਚਲ ਨਾ ਦੇ ਪਰ ਤੂੰ ਸਰੀਰ ਨੂੰ ਬਹੁਤ ਖੇਚਲ ਦਿੱਤੀ ਏ ਬਹੁਤਾ ਟੁਰਨ ਕਰਕੇ ਬੇਆਰਾਮੀ ਕਰਕੇ ਤੇਰਾ ਰੋਗ ਵੱਧ ਗਿਆ ਹੈ ਤੂੰ ਹੁਣ ਬਚ ਨਹੀਂ ਸਕਦਾ ਜਦੋਂ ਡਾਕਟਰ ਨੇ ਇੰਨੀ ਗੱਲ ਆਖੀ ਉਦਾਸ ਹੋ ਕੇ ਇਹ ਪ੍ਰੇਮੀ ਆਪਣੇ ਘਰ ਨੂੰ ਮੁੜਿਆ ਆਉਂਦਾ ਹੈ ਇਹ ਮੇਰੇ ਕਲਗੀਆਂ ਵਾਲਿਆ ਤੇਰੇ ਰਾਹ ਤੇ ਤੁਰਿਆਂ ਮੌਤ ਵੀ ਆ ਜਾਵੇ ਇਹ ਵੀ ਚੰਗੀ ਹੈ ਬਹਾਨਾ ਤੇ ਚੰਗਾ ਹੈ ਨਹੀਂ ਤੇ ਲੋਕਾਂ ਨੇ ਕਹਿਣਾ ਸੀ ਵੀ ਕੈਂਸਰ ਦੀ ਬਿਮਾਰੀ ਨਾਲ ਮਰ ਗਿਆ ਬਹਾਨਾ ਚੰਗਾ ਹੈ ਜੇ ਸੁਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਤੇ ਆਈ
ਪਿਆਰ ਵਾਲੇ ਕਦੋਂ ਉਲਾਂਭਾ ਦਿੰਦੇ ਨੇ। ਘਰ ਆਇਆ ਬਿਸਤਰ ਤੇ ਲੇਟਿਆ ਹੈ, ਨੀਂਦਰ ਨਹੀਂ ਪੈਂਦੀ, ਸੋਚਦਾ ਹੈ ਮਹਾਰਾਜ ਡਾਕਟਰ ਮੈਨੂੰ ਕਹਿੰਦਾ ਏ ਕਿ ਤੂੰ ਬਚ ਨਹੀਂ ਸਕਦਾ, ਕੋਈ ਗੱਲ ਨਹੀਂ, ਸਭ ਨੇ ਮਰਨਾ ਹੈ, ਕੋਈ ਫਿਕਰ ਨਹੀਂ, ਪਰ ਇਹ ਕਲਗੀਆਂ ਵਾਲਿਆ ਮੈਂ ਤੇ ਤੇਰੇ ਦਰ ਤੇ ਦੇਹ ਅਰੋਗਤਾ ਵਾਸਤੇ ਅਰਦਾਸ ਕੀਤੀ ਸੀ ਕਿ ਮੇਰੀ ਯਾਤਰਾ ਪ੍ਰਵਾਨ ਨਹੀਂ ਹੋਈ, ਤੇਰੇ ਘਰ ਵੱਲ ਨੂੰ ਮੇਰਾ ਟੁਰਨਾ ਪ੍ਰਵਾਨ ਨਹੀਂ ਹੋਇਆ। ਜ਼ਰੂਰ ਮੇਰੀ ਭਾਵਨਾ ਵਿੱਚ ਕੋਈ ਫਰਕ ਰਹਿ ਗਿਆ ਹੋਣਾ। ਬਾਬਾ ਜੀ ਬਚਨ ਕਰਦੇ ਸਨ, ਬਹੁਤ ਕੀਮਤੀ ਬਚਨ ਬਾਬਾ ਆਨੰਦ ਸਿੰਘ ਜੀ। ਸਾਡੀ ਭਾਵਨਾ ਵਿੱਚ ਫਰਕ ਹੋ ਸਕਦਾ ਏ, ਗੁਰੂ ਦੀਆਂ ਰਹਿਮਤਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਸਾਨੂੰ ਕਦੇ ਵੀ ਗੁਰੂ ਦੀ ਰਹਿਮਤ ਤੇ ਸ਼ੱਕ ਨਹੀਂ ਕਰਨੀ ਚਾਹੀਦੀ। ਹੈ ਮਹਾਰਾਜ ਮੇਰੀ ਭਾਵਨਾ ਵਿੱਚ ਕੋਈ ਫਰਕ ਰਹਿ ਗਿਆ ਹੋਣਾ ਏ ਕਲਗੀਆਂ ਵਾਲਿਆ। ਸੋਚਾਂ ਸੋਚਦਾ ਅੱਖ ਲੱਗ ਜਾਂਦੀ ਏ, ਜਦੋਂ ਅੱਖ ਲੱਗੀ ਤੇ ਚਿੱਤ ਕੀ ਕਹਿੰਦਾ ਹੈ, ਕੀ ਆਵਾਜ਼ਾਂ ਪੈਂਦੀਆਂ ਨੇ। ਮਨਾ ਤੂੰ ਸ੍ਰੀ ਹੇਮਕੁੰਡ ਸਾਹਿਬ ਗਿਆ ਸੀ, ਉੱਥੋਂ ਤੈਨੂੰ ਸਤਿਗੁਰਾਂ ਦੇ ਦਰਬਾਰ ਵਿੱਚੋਂ ਸਰੋ ਪਾਉ ਮਿਲਿਆ ਸੀ, ਉਹ ਤੂੰ ਕਿੱਥੇ ਰੱਖਿਆ ਹੈ, ਲਿਆ ਕੇ ਪੇਟੀ ਵਿੱਚ ਰੱਖ ਦਿੱਤਾ ਹੈ। ਓਏ ਭਲਿਆ, ਸਰੋਪਾਉ ਤੇ ਬਖਸ਼ਿਸ਼ ਹੁੰਦੀ ਏ, ਬਖਸ਼ਿਸ਼ਾਂ ਪੇਟੀ ਵਿੱਚ ਨਹੀਂ ਰੱਖੀ ਦੀਆਂ, ਬਖਸ਼ਿਸ਼ਾਂ ਤੇ ਮਾਣੀਆਂ ਜਾਂਦੀਆਂ ਨੇ, ਬਖਸ਼ਿਸ਼ਾਂ ਕੋਈ ਰੱਖਣ ਵਾਲੇ ਵਾਸਤੇ ਹੁੰਦੀਆਂ ਨੇ, ਬਖਸ਼ਿਸ਼ਾਂ ਤੇ ਮਾਨਣ ਵਾਸਤੇ ਹੁੰਦੀਆਂ ਨੇ। ਰਾਤ ਦੇ 12 ਵਜੇ ਨੇ, ਅੱਖ ਖੁੱਲ ਜਾਂਦੀ ਹੈ, ਘਰ ਵਾਲੀ ਨੂੰ ਕਹਿੰਦਾ ਹੈ ਮੈਂ ਸ੍ਰੀ ਹੇਮਕੁੰਡ ਸਾਹਿਬ ਤੋਂ ਇੱਕ ਸਰੋਹ ਪਾਉ ਲਿਆਇਆ ਸੀ। ਕਹਿੰਦੀ ਏ ਪੇਟੀ ਵਿੱਚ ਪਿਆ ਏ, ਤੁਸਾਂ ਆਪੇ ਰੱਖਿਆ ਏ, ਸਵੇਰ ਹੋਏਗੀ ਤੇ ਕੱਢ ਦਿਆਂਗੀ। ਨਹੀਂ ਬਈ, ਤੂੰ ਹੁਣੇ ਮੈਨੂੰ ਸਰੋਹ ਪਾਉ ਦੇ ਕੱਢ ਕੇ। ਬਾਰ ਬਾਰ ਕਹਿਣ ਤੇ ਘਰ ਵਾਲੀ ਪੇਟੀ ਵਿੱਚੋਂ ਸਰੋਹ ਪਾਉ ਕੱਢਦੀ ਹੈ, ਦੋਨਾਂ ਹੱਥਾਂ ਤੇ ਰੱਖ ਕੇ ਜਦੋਂ ਨਜ਼ਰ ਮਾਰਦਾ ਹੈ ਉਹ ਚੇਤਾ ਆ ਜਾਂਦਾ ਹੈ, ਓ ਦੂਰ ਪਹਾੜੀਆਂ ਵਿੱਚ ਮੇਰੇ ਕਲਗੀਆਂ ਵਾਲੇ ਦਾ ਪਵਿੱਤਰ ਤਪ ਸਥਾਨ, ਉੱਥੋਂ ਮੈਨੂੰ ਬਖਸ਼ਿਸ਼ ਮਿਲੀ ਸੀ, ਚੇਤਾ ਆ ਜਾਂਦਾ ਹੈ। ਤੇ ਘਰ ਵਾਲੀ ਇਹਦੀ ਹਾਲਤ ਦੇਖ ਕੇ ਕਹਿਣ ਲੱਗੀ ਹੁਣ ਅੱਧੀ ਰਾਤ ਨੂੰ ਇਸ ਕੱਪੜੇ ਦੀ ਕਿਹੜੀ ਲੋੜ ਪੈ ਗਈ ਹੈ, ਨਾ ਭਲੀਏ ਇਹਨੂੰ 2.5-3 ਮੀਟਰ ਕੱਪੜਾ ਨਾ ਸਮਝੀ, ਇਹ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀਆਂ ਬਖਸ਼ਿਸ਼ਾਂ ਤੋਂ ਬਾਂਝੇ ਇਨਸਾਨ ਜ਼ਿੰਦਗੀ ਵਿੱਚ ਰੁੜ ਜਾਂਦੇ ਨੇ ਜ਼ਿੰਦਗੀ ਵਿੱਚ। ਇਹ ਭਾਗਾਂ ਵਾਲਿਆਂ ਨੂੰ ਮਿਲਦਾ ਹੈ ਤੇ ਕਹਿਣ ਲੱਗਾ ਮੈਂ ਸੰਗਤ ਵਿੱਚੋਂ ਵੀ ਸੁਣਿਆ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਹਰ ਸਾਲ ਇੱਕ ਸਰੋਹ ਪਾਉ ਦਿਆ ਕਰਦੇ ਸਨ, ਤੇ ਗੁਰੂ ਅਮਰਦਾਸ ਮਹਾਰਾਜ ਸਾਰਾ ਸਾਲ ਉਸ ਸਰੋਹ ਪਾਉ ਨੂੰ ਪਿਆਰ ਨਾਲ ਰੱਖਦੇ, ਜਦੋਂ ਸੇਵਾ ਕਰਨੀ ਤੇ ਉਸ ਸਰੋਹ ਪਾਉ ਨੂੰ ਆਪਣੇ ਸੀਸ ਤੇ ਲਪੇਟ ਲੈਂਦੇ। ਇਹ ਭਲੀਏ ਇਹ ਤੇ ਜਿਹਦੇ ਭਾਗ ਜਾਗਾਂ ਉਹਨੂੰ ਮਿਲਦਾ ਹੈ, ਸਰੋਹ ਪਾਉ ਦਾ ਭਾਵ ਹੀ ਇਹ ਹੈ ਗੁਰੂ ਦਾ ਹੋ ਕੇ ਰਹੋ, ਗੁਰੂ ਤੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੀ ਰੱਖਿਆ ਕਰੇਗਾ। ਪਰ ਪਿਆਰਿਓ ਗੱਲਾਂ ਸ਼ਰਧਾ ਦੀਆਂ ਵੀ ਨੇ, ਜੇ ਮਨ ਵਿੱਚ ਪਿਆਰ ਨਹੀਂ ਤੇ ਇਹ ਕੱਪੜੇ ਦਾ ਹੀ ਟੁਕੜਾ ਹੈ, ਜੇ ਮਨ ਵਿੱਚ ਪਿਆਰ ਹੈ ਤੇ ਇਹ ਬਖਸ਼ਿਸ਼ ਹੈ, ਗੱਲਾਂ ਸ਼ਰਧਾ ਦੀਆਂ ਨੇ। ਬੜੇ ਅਦਬ ਤੇ ਪਿਆਰ ਨਾਲ
ਨਮਸਕਾਰ ਕਰਕੇ ਇਸ ਗੁਰੂ ਦੀ ਬਖਸ਼ਿਸ਼ ਨੂੰ ਸਿਰ ਦੇ ਉੱਤੇ ਲਪੇਟ ਲੈਂਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਹੈ, ਸ਼ਰਧਾ ਦੇ ਨਾਲ ਇਹ ਸਰੋ ਪਾਉ ਗੁਰੂ ਦੀ ਬਖਸ਼ਿਸ਼ ਜਾਣ ਕੇ ਸਿਰ ਤੇ ਲਪੇਟ ਲੈਂਦਾ ਹੈ। ਹਰ ਰੋਜ਼ ਹੀ ਇਸ ਤਰ੍ਹਾਂ ਕਰਦਾ ਹੈ। ਇੱਕ ਵੀ ਸਾਹ ਗੁਰੂ ਦੇ ਪਿਆਰ ਤੋਂ ਬਗੈਰ ਨਹੀਂ ਲੈਂਦਾ, ਇੱਕ ਇੱਕ ਸਵਾਸ ਨਾਲ ਗੁਰੂ ਦੀ ਯਾਦ ਜੋੜ ਲਈ ਹੈ, ਨਿਤਨੇਮੀ ਹੋ ਗਿਆ ਹੈ। ਪਿਆਰਿਓ, ਜਿਹਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਵਸ ਜਾਵੇ, ਜਿਹੜਾ ਨਿਤਨੇਮੀ ਹੋ ਜਾਵੇ, ਕਿਹੜਾ ਸੁੱਖ ਹੈ ਮਹਾਰਾਜ ਜਿਹੜਾ ਉਹਦੇ ਕੋਲੋਂ ਲੁਕੋ ਲੈ। ਕੋਈ ਇਹੋ ਜਿਹਾ ਸੁੱਖ ਨਹੀਂ ਜਿਹੜਾ ਮਹਾਰਾਜ ਪਿਆਰਿਆਂ ਕੋਲੋਂ ਛੁਪਾਉਂਦੇ ਨੇ। ਸਰੀਰ ਕੁਝ ਸੌਖਾ ਜਿਹਾ ਮਹਿਸੂਸ ਹੁੰਦਾ ਹੈ, ਡਾਕਟਰ ਦੇ ਕੋਲ ਜਾਂਦਾ ਹੈ, ਡਾਕਟਰ ਆਖਣ ਲੱਗਾ ਤੈਨੂੰ ਅੱਗੇ ਵੀ ਮੈਂ ਜਾਂਚ ਕੀਤਾ ਹੈ, ਬਿਮਾਰੀ ਵੀ ਤੈਨੂੰ ਦੱਸੀ ਹੈ, ਨਹੀਂ ਬਈ ਮੈਨੂੰ ਕੁਝ ਆਪਣੇ ਆਪ ਨੂੰ ਸੌਖਾ ਮਹਿਸੂਸ ਹੁੰਦਾ ਹੈ। ਜਦੋਂ ਡਾਕਟਰ ਨੇ ਜਾਂਚ ਕੀਤੀ ਤੇ ਸਤਸੰਗੀ ਉਹ ਹੈਰਾਨ ਹੋ ਗਿਆ, ਬਿਮਾਰੀ ਤੇ ਤੇਰੇ ਅੰਦਰ ਹੀ ਨਹੀਂ ਹੈ, ਤੂੰ ਮੈਨੂੰ ਦੱਸ ਕਿਹੜੇ ਵੈਦ ਕੋਲੋਂ ਦਵਾਈ ਖਾਧੀ ਹੈ, ਕਿਹੜੇ ਵੈਦ ਕੋਲੋਂ ਦਵਾ ਲਈ ਹੈ। ਜਦੋਂ ਡਾਕਟਰ ਇੰਨੀ ਗੱਲ ਕਹਿੰਦਾ ਹੈ, ਇਸ ਪ੍ਰੇਮੀ ਦੇ ਅੱਖਾਂ ਵਿੱਚੋਂ ਹੰਝੂ ਬਹਿ ਆਉਂਦੇ ਨੇ, ਕਲਗੀਆਂ ਵਾਲਿਆ ਤੂੰ ਬਖਸ਼ਿਸ਼ ਕਰ ਦਿੱਤੀ ਹੈ, ਤੂੰ ਮੈਨੂੰ ਮਰਦੇ ਨੂੰ ਵੀ ਰੱਖ ਲਿਆ, ਰੋ ਪਿਆ। ਡਾਕਟਰ ਫਿਰ ਪੁੱਛਦਾ ਏ ਵੀ ਕਿਹੜੇ ਵੈਦ ਕੋਲੋਂ ਦਵਾਈ ਖਾਧੀ ਏ, ਹੱਥ ਜੋੜ ਕੇ ਕਹਿੰਦਾ ਏ ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਗੁਰੂ ਗੋਬਿੰਦਾ, ਮੇਰਾ ਵੈਦ ਹੇਮਕੁੰਟ ਵਾਸੀ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ, ਜਿਹਨੇ ਐਡਾ ਵੱਡਾ ਵੈਦ ਕਰ ਲਿਆ ਹੋਵੇ, ਜਿਹਨੇ ਇਹੋ ਜਿਹੇ ਵੈਦ ਤੇ ਭਰੋਸਾ ਕਰ ਲਿਆ ਹੋਵੇ, ਤੇ ਦੁੱਖਾਂ ਕਲੇਸ਼ਾਂ ਦਾ ਕੀ ਮਜਾਲ ਹੈ ਉਹਦੇ ਲਾਗੇ ਲੱਗ ਜਾਣ। ਸੋ ਸਤਸੰਗੀਓ, ਇਹ ਹੈ ਗੁਰੂ ਦੀ ਬਖਸ਼ਿਸ਼ ਦੀਆਂ ਨਿਸ਼ਾਨੀਆਂ। ਚਰਨੇ ਗੋਬਿੰਦ ਮਾਰਗ ਸੁਹਾਵਾ, ਜਿਹੜੇ ਇਸ ਮਾਰਗ ਤੇ ਚੱਲਦੇ ਨੇ ਉਹ ਚਰਨ ਸੋਵਨੀਕ ਨੇ, ਉਹਨਾਂ ਚਰਨਾਂ ਤੇ ਨਮਸਕਾਰ। ਮਹਾਰਾਜ ਕਹਿੰਦੇ ਉਹ ਦਾਤਾਂ ਲੁੱਟ ਲੈਂਦੇ ਨੇ, ਕੋਈ ਵੀ ਸ਼ਰਧਾ ਤੇ ਪਿਆਰ ਨਾਲ ਗੁਰੂ ਦੇ ਤਪ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਵੱਲੋਂ ਚੱਲ ਜਾਂਦਾ ਹੈ ਤੇ ਸੁੱਖਾਂ ਨਾਲ ਝੋਲੀਆਂ ਭਰ ਕੇ ਆਉਂਦਾ ਹੈ। ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਸਭ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਤ ਪਾਰਾ, ਹਮਰੇ ਦੁਸ਼ਟ ਸਵੇ ਤੁਮ ਕਾਵੋ, ਆਪ ਹੱਥ ਦੇ ਮੋਹੇ ਬਚਾਵੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੇ ਕਰੀਏ, ਸਭ ਵੈਰਨ ਕੋ ਆਜ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛੱਡ ਕੋਈ ਅਵਰ ਨ ਤਿਆਉ, ਜੋ ਵਰ ਚਾਹੂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਏ, ਚੁਨ ਚੁਨ ਸਤਰ ਹਮਾਰੇ ਮਾਰੀਏ, ਆਪ ਹੱਥ ਦੇ ਮੁਝੇ ਅਵਰੀਏ, ਮਰਨ ਕਾਲ ਕਾ ਤ੍ਰਾਸਨ ਵਰੀਏ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜ ਜੂ ਕਰਿਓ ਰੱਛਾ, ਰੱਖ ਲਿਓ ਮੋਹੇ ਰੱਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੂਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੋਤੀ
ਕੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ। ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ, ਸਤਰਨ ਕੋ ਪਲ ਮੋ ਬਦ ਕੀਓ। ਘਟ ਘਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰ ਤਾਰਾ, ਪਰ ਜਾ ਧਰ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਚੇਤੇ ਬਦਨ ਸਿਸ਼ ਸਭ ਤਾਰੇ, ਆਪ ਆਪਣੀ ਬੂਝੀ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰੰਕਾਰ ਨਿਰਲੰਬ, ਆਦਿ ਅਨੀਲ ਅਨਾਦਿ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਪੇਵ ਨ ਪਾਵਤ ਵੇਦਾ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ, ਸਿਵ ਨਿਰੰਕਾਰ ਕਾ ਚਿੰਤ ਨਹੀਂ ਪੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਇ ਦੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਪਯੋ ਰਾਬ ਕਹੀ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਪੁੱਤ ਪੁਜ ਖਾਨ ਬਹੁਰ ਰਚ ਦੀਨੀ। ਗਹੂੰ ਫੂਲ ਰਾਜਾ ਹੈ ਬੈਠਾ, ਗਹੂੰ ਸਿਮਟ ਪਿਓ ਸੰਕਰ ਅਕੇਠਾ। ਸਿਗਰੀ ਸਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖੀ ਅਵਾਰ ਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਏ ਹੈ, ਤਾਂ ਕੇ ਕਾਲ ਨਿਕਟ ਨਹੀਂ ਆਏ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰ ਹੋ, ਤਾਂ ਕੇ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸਵੈ ਸਕੈ ਨ ਕੋਈ। ਏਕ ਵਾਰ ਜਿਨ ਤੁਮੇ ਸੁਬਾਰਾ, ਕਾਲ ਵਾਸਤੇ ਤਾਏ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੇ ਸ਼ਰਨ ਤਿਹਾਰੀ, ਆਪ ਹੱਥ ਦੇ ਲਿਓ ਵਾਰੀ। ਸਰਬ ਠੋਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਚਰਨੀ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ, ਗੋਬਿੰਦ ਮਾਰੇਗ ਸੁਹਾਵਾ। ਚਰਨੇ ਗੋਬਿੰਦ ਮਾਰੇਗ ਸੁਹਾਵਾ, ਗੋਬਿੰਦ ਮਾਰੇਗ ਸੁਹਾਵਾ। ਧੰਨ 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 ਗੁਰੂ ਗੋਬਿੰਦ ਸਿੰਘ ਜੀ, ਧੰਨ 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 ਗੁਰੂ ਗੋਬਿੰਦ ਸਿੰਘ ਜੀ, ਧੰਨ 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 ਗੁਰੂ ਗੋਬਿੰਦ ਸਿੰਘ ਜੀ, ਧੰਨ 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 ਗੁਰੂ ਗੋਬਿੰਦ ਸਿੰਘ ਜੀ। ਤਨ ਤਨ ਗੁਰੂ ਗੋਬਿੰਦ ਸਿੰਘ ਜੀ, ਤਨ 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 ਗੁਰੂ।
वाहो वाहो गोविंद सिंह जी, 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 वाहो वाहो गोविंद सिंह जी। आपे गुर चेला, 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 वाहो वाहो गोविंद सिंह जी, वाहो वाहो गोविंद सिंह जी, वाहो वाहो गोविंद सिंह जी, वाहो वाहो गोविंद सिंह जी। सच्चा अमर गोविंद दास सुन गुरु प्यारे, सत्संगत मेलाप कर पंच दूत सिंगारे, वाहो वाहो गोविंद सिंह जी, 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 वाहो वाहो गोविंद सिंह जी। आपे गुर चेला, 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 वाहो वाहो गोविंद सिंह जी, वाहो वाहो गोविंद सिंह जी, वाहो वाहो गोविंद सिंह जी, वाहो वाहो गोविंद सिंह जी। संगत ढोई ना लहन जो खसम बिसारे, वाहेगुरु 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 वाहेगुरु, गुर सिखा मथे उजले सच्चे दरबारे, वाहेगुरु 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 वाहेगुरु, वाहो वाहो गोविंद सिंह जी, 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 वाहो वाहो गोविंद सिंह जी। आपे गुर चेला, आपे गुर चेला, आपे चेला, आपे गुर चेला, आपे गुर चेला, आपे गुर चेला, वाहो वाहो गोविंद सिंह जी, वाहो वाहो गोविंद सिंह जी, वाहो वाहो गोविंद सिंह जी, वाहो वाहो गोविंद सिंह जी। हर गुर गोविंद त्याईए सदे अमृत बेला, वाहे गुरु वाहे गुरु वाहे गुरु वाहे गुरु वाहे गुरु वाहे गुरु,
हर गुरु गोबिंद त्याई सदे अमृत वेला। वाहो वाहो गोबिंद सिंह जी, 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 वाहो वाहो गोबिंद सिंह जी। आपे आपे गुर चेला, 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 आपे गुर चेला। वाहो वाहो गोविंद सिंह दी, वाहो वाहो गोविंद सिंह दी, वाहो वाहो गोविंद सिंह दी, वाहो वाहो गोविंद सिंह। सच्चा अमर गोबिंद दास गुरु प्यारे, सत्संगत मेला पुकार पंच दूत संगारे, वाहो वाहो गोविंद सिंह जी, 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 वाहो वाहो गोविंद सिंह जी। आपे चेला, आपे गुर 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 चेला। वाहो वाहो गोविंद सिंह दी, वाहो वाहो गोविंद सिंह दी, वाहो वाहो गोविंद सिंह दी, वाहो 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 गोविंद सिंह जी, वाहो वाहो गोविंद सिंह जी, वाहो वाहो गोविंद सिंह जी, वाहो वाहो गोविंद सिंह जी। आपे गुर चेला, 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 आपे गुर चेला। वाहो वाहो गोविंद सिंह दी, 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 वाहो वाहो गोविंद सिंह जी, 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 वाहो वाहो गोविंद सिंह जी। आपे गुर चेला, 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 आपे गुर चेला। वाहो वाहो गोविंद सिंह दी, वाहो वाहो गोविंद सिंह दी, वाहो वाहो गोविंद सिंह दी, वाहो वाहो गोविंद सिंह दी।
वाहो वाहो गोविंद सिंह जी वाहो वाहो गोविंद सिंह जी वाहो वाहो गोविंद सिंह जी वाहो वाहो गोविंद सिंह जी। गुरु ते सिख दा निराला रिश्ता है, यही रिश्ता है जो सदा चिर निभण वाला है। किन्ना बिखड़ा पेंडा तय करके संगतां गुरु दे उस तप स्थान ते पहुंच जांदियां ने, ते सच जाणो उस स्थान दे दर्शन करके इंज लगदा है जिवें सच खंड दे विच आ गए। जदों संगतां दर्शन करके वापस अपने घर आंदियां ने, ते इंज जापदा है जिवें असी सचखंड विचों नीवें किसी मात लोक विच आ गए होईए। वो अस्थान जो गुरु गोविंद सिंह महाराज जी ने जपां तपां दे नाल पवित्र कीता है, भागां वाले दर्शन करदे ने। विचित्र नाटक दी ये रचना जो गुरु गोविंद सिंह महाराज जी ने आप लिखी है, अब मैं अपनी कथा बखानू तप साधत जह बिद मोहयानु। कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी। अब मैं अपनी कथा बखानो तप साधित जे बिद मोहयानो। हेमकुंट पर्वत है जहां, सप्त श्रृंग सोबत है तहां। कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी कथा बखानो जी अब मैं अपनी, अब मैं कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी कथा बखानो जी अब मैं अपनी, अब मैं अपनी